んの。
ਮਾਰਨਾ
que coi. Disse que se o parto fome, disse que se o parto fome, sou o que quer salvar, sou o que quer salvar. Sou tanto dare cara andesa fiumi te. Sou tanto dare je khasum samare je khasum samare. Dar dar pache, dar dar pache, man mukh bichare, dariye je dar ho hai ho, dariye je. Dar ho hai ho, dar 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 na, man ka so, dar 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 na, man ka so, kada andesha. जाओ तू मेरे वल है जिसमु तू रखवाला जिसमु तू रखवाला मारे तिस को मारे तिस कौन अपने विच एक बड़ा गूढ़ इतिहास छुपोई बैठा है त्यो है सिद्धांतिक इतिहास एक ख्याल करे दुनिया अंदर कोई हिस्ट्री बनती है इतिहास बनता है ते वो जीवन दे किसे पहलू ते प्रभाव छड़दा है यो कारण है इतिहास दे लिखारी कोई गलत भी हो सकते ने कलमा किसे दिया खरीदिया भी जांदियां ने और कलमा खरीददे भी लोग ताए ने क्यों इसलिए क्योंकि उन्हें पता है इस कलम ने जो कुछ लिख देना है वो किसे दे जीवन ते प्रभाव छड़ेगा और दुनिया की कलम तो खरीदी जा सकती है संसार दे राइटर साढ़े रोजाना जीवन का तजर्बा इन्दे विच राइटर खरीदे जाते किसे दे जीवन नु किस तरह मोल्ड करना है भावें जाति नु ते भावें जमाती नु मनुख मात्र नु जां कौमियत विच सांझ रखन वाले नु कौमां दे जीवन नु मोल्ड करना है किधर बदलना है की इनकलाब लियाना है की
ਤਰਤੀਬ ਚੇਂਜ ਲਿਆਉਣੀ ਉਹਦੇ ਲਈ ਉਹ ਕਲਮਾਂ ਨੂੰ ਖਰੀਦ ਕੇ ਆਪਣੀ ਮਰਜ਼ੀ ਨਾਲ ਵਰਤਦੇ ਅਕਸਰ ਇਹੋ ਅਸੀਂ ਜੀਵਨ ਵਿੱਚ ਦੇਖ ਰਹੇ ਹਾਂ ਨਿਗਾ ਦੇਖ ਨਹੀਂ ਰਹੇ ਹੰਡਾ ਵੀ ਰਹੇ ਹਾਂ ਪਰ ਇੱਕ ਖਿਆਲ ਕਰਿਓ ਗੁਰੂ ਨੇ ਵੀ ਕੁਛ ਲਿਖਿਆ ਕੁਛ ਬੋਲਿਆ ਗੁਰੂ ਦਾ ਬੋਲਿਆ ਤੇ ਲਿਖਿਆ ਕਿਸੇ ਦਾ ਖਰੀਦਿਆ ਹੋਇਆ ਨਹੀਂ ਗੁਰੂ ਨੂੰ ਕੋਈ ਆਪਣੇ ਅਧੀਨ ਕਰਕੇ ਉਹਦੀ ਕਲਮ ਨੂੰ ਤੇ ਉਹਦੇ ਬੋਲਣ ਨੂੰ ਵਰਤ ਨਹੀਂ ਸਕਿਆ ਬਲਕਿ ਲਿਖਣ ਵਾਲੇ ਨੂੰ ਬਾਬਾ ਮੁਖਾਤਬ ਕਰਕੇ ਇੱਕ ਚੇਤਾਵਨੀ ਦਿੰਦਾ ਤੇ ਕਹਿੰਦਾ ਕੋਈ ਸਧਾਰਨ ਗੱਲ ਹੈ ਆ ਜਿੰਨੀ ਦੁਨੀਆ ਖਲੋਤੀ ਜਿੰਨੀ ਵੱਧ ਰਹੀ ਹੈ ਜਿੰਨੀ ਸਿਆਣਪ ਚਤਰਾਈ ਦਨਾਈ ਦੁਨੀਆ ਅੰਦਰ ਵੱਖ ਵੱਖ ਸਬਜੈਕਟਾਂ ਵਿੱਚ ਮਨੁੱਖ ਦੀ ਮਕਬੂਲੀਅਤ ਇਹ ਸਾਰੀ ਕਿਸੇ ਲੇਖ ਤੇ ਪੜ੍ਹ ਤੇ ਖਲੋਤੀ ਹੈ ਇਸ ਲਈ ਮਤ ਸਮਝੇ ਕਿ ਲਿਖਣਾ ਫਜ਼ੂਲ ਹੁੰਦਾ ਦੇਖ ਤੇਰਾ ਲਿਖਿਆ ਹੋਇਆ ਇੱਕ ਇੱਕ ਅੱਖਰ ਤੇਰੀ ਜ਼ਿੰਦਗੀ ਦਾ ਜੀਵਨ ਦਾ ਲੇਖਾ ਬਣ ਜਾਣਾ ਕਾਸ਼ ਕਦੀ ਲਿਖਣ ਵਾਲੇ ਨੂੰ ਇਹ ਅਹਿਸਾਸ ਹੋ ਜਾਏ ਅੱਜ ਇਹ ਅਹਿਸਾਸ ਨੇ ਬਹੁਤ ਕੁਛ ਸਾਡੇ ਸਾਹਮਣੇ ਲਿਖਿਆ ਹੋਇਆ ਉਹ ਆ ਰਿਹਾ ਜਿਹੜਾ ਕਿਸੇ ਦੇ ਜੀਵਨ ਨੂੰ ਬਰਬਾਦ ਕਰਦਾ ਹੈ ਬਾਜ਼ਾਰਾਂ ਵਿੱਚ ਐਸਾ ਲਿਟਰੇਚਰ ਐਸੇ ਮੈਗਜ਼ੀਨ ਮਿਲਦੇ ਨੇ ਉਹ ਵੀ ਤਾਂ ਆਖਰ ਕਿਸੇ ਨੇ ਲਿਖੇ ਨੇ ਨਾ ਮਿਲਦੇ ਨੇ ਜਿਹੜੇ ਸਾਡੇ ਬੱਚਿਆਂ ਦਾ ਸਾਡੀ ਜਨਰੇਸ਼ਨ ਦਾ ਜੀਵਨ ਬਰਬਾਦ ਕਰਦੇ ਨੇ ਖਿਆਲ ਕਰਿਓ ਕਈ ਵਾਰ ਉਹ ਲਿਖਦਾ ਤੇ ਲਿਖਣ ਦਾ ਲੇਖਾ ਸਾਡੀਆਂ ਜਨਰੇਸ਼ਨਾਂ ਦਿੰਦੀਆਂ ਰਹਿੰਦੀਆਂ ਪਰ ਮਤ ਸਮਝੋ ਕਿ ਜਨਰੇਸ਼ਨਾਂ ਲੇਖਾ ਦਿੰਦੀਆਂ ਨੇ ਇਤਿਹਾਸ ਦੇ ਪੰਨਿਆਂ ਤੇ ਉਸ ਮਨੁੱਖ ਦਾ ਨਾਮ ਵੀ ਐਸਾ ਕਲੰਕਿਤ ਹੁੰਦਾ ਜਿਹੜਾ ਸਾਰੀ ਜ਼ਿੰਦਗੀ ਸੁਧ ਦਾ ਰਵੇ ਧੋਤਾ ਨਹੀਂ ਜਾਂਦਾ ਇਸੇ ਲਈ ਬਾਬੇ ਨੇ ਆਖ ਦਿੱਤਾ ਕਹਿਣ ਲੱਗੇ ਉਹ ਭਲਿਆ ਜੇ ਤੇਰੇ ਹੱਥ ਕਲਮ ਆਈ ਹੈ ਜੇ ਤੂੰ ਕੁਝ ਲਿਖਣਾ ਜਾਣਨਾ ਬਾਬਾ ਕਬੀਰ ਜੀ ਨੇ ਵੀ ਇੱਕ ਗੱਲ ਆਖੀ ਕਹਿਣ ਲੱਗੇ ਜੇ ਤੂੰ ਅਕਲ ਲਤੀਫ ਭਲਾ ਤੇਰੇ ਕੋਲ ਕੋਈ ਸਿਆਣਪ ਤੂੰ ਕੁਝ ਲਿਖ ਸਕਣਾ ਤੇਰਾ ਲਿਖਿਆ ਕੋਈ ਪੜ੍ਹਨ ਦਾ ਸ਼ੌਕ ਰੱਖਦੇ ਤਾਂ ਇੱਕ ਖਿਆਲ ਕਰੀ ਐਵੇਂ ਜੇ ਤੂੰ ਅਕਲ ਲਤੀਫ ਕਾਲੇ ਲੇਖ ਨਾ ਲੇਖ ਐਵੇਂ ਕਾਲੇ ਲੇਖ ਲਿਖੀ ਜਾਏ ਕਾਗਜ਼
ਕਾਗਜ਼ ਵੀ ਕਾਲੇ ਕਰਦਾ ਜਾਏ ਤੇ ਉਸ ਢੰਗ ਦੇ ਲੇਖ ਲਿਖੇ ਜਿਹੜਾ ਪੜ੍ਹੇ ਉਹਦਾ ਮਨ ਵੀ ਕਾਲਾ ਹੋ ਜਾਏ ਅੰਦਰ ਵੀ ਕਾਲਾ ਹੋ ਜਾਏ ਉਹ ਆਪ ਵੀ ਦਾਗੀ ਹੋ ਜਾਏ ਤੇ ਸਮਾਜ ਨੂੰ ਵੀ ਕਲੰਕਿਤ ਕਰਦਾ ਐਸੇ ਲੇਖ ਲਿਖਣ ਦਾ ਕੀ ਫਾਇਦਾ ਬਾਬਾ ਇਹ ਲੇਖਾਂ ਲਿਖ ਜਾਣ ਜਿੱਥੇ ਲੇਖਾ ਮੰਗੀਏ ਤਿੱਥੇ ਹੋਏ ਸੱਚਾ ਨਿਸ਼ਾਨ ਤੈਨੂੰ ਵਡਿਆਈ ਮਿਲੇਗੀ ਜਦੋਂ ਤੇਰਾ ਹਿਸਾਬ ਲੇਖਾ ਹੋਵੇ ਲਿਖਣ ਵਾਲੇ ਨੂੰ ਵਡਿਆਈ ਮਿਲੇਗੀ ਪਰ ਉਹ ਤੇ ਤਾਂ ਹੀ ਹੈ ਨਾ ਜੇ ਵਿਕਾਊ ਲੋਭੀ ਲਾਲਚੀ ਕਲਮ ਨਾ ਹੋਵੇ ਇਹ ਤੂੰ ਚੱਲਿਆ ਸਾ ਸੰਸਾਰ ਦੀਆਂ ਕਲਮਾਂ ਵਿਕਾਊ ਹੋ ਸਕਦੀਆਂ ਨੇ ਇਸ ਲਈ ਉਹ ਸੱਚ ਨੂੰ ਛੁਪਾ ਕੇ ਝੂਠ ਲਿਖ ਸਕਦੀਆਂ ਨੇ ਜਿਹੜੀਆਂ ਕੌਮਾਂ ਦਾ ਨੁਕਸਾਨ ਕਰ ਜਾਂਦੀਆਂ ਨੇ ਮਨੁੱਖਤਾ ਨੂੰ ਬਰਬਾਦ ਕਰ ਜਾਂਦੀਆਂ ਨੇ ਪਰ ਇੱਕ ਖਿਆਲ ਕਰਿਓ ਬਾਬੇ ਦੀ ਕਲਮ ਵਿਕਾਊ ਨਹੀਂ ਬਾਬੇ ਦੀ ਲਿਖਤ ਕੋਈ ਖਰੀਦ ਨਹੀਂ ਸਕਦਾ ਬਾਬਾ ਸੱਚ ਲਿਖਦਾ ਹੈ ਆ ਹੁਣ ਦੇਖੋ ਪੰਜ ਲਾਈਨਾਂ ਦਾ ਸ਼ਬਦ ਹੈ ਇਹ ਵੀ ਤਾਂ ਬਾਬੇ ਨੇ ਬੋਲਿਆ ਲਿਖਿਆ ਜਾਂ ਲਿਖਾਇਆ ਸਾਡੇ ਸਾਹਮਣੇ ਪਰ ਕਿੰਨੀ ਸੱਚਾਈ ਦੁਨੀਆਂ ਦੇ ਸਾਹਮਣੇ ਰੱਖੀ ਹੈ ਉਸ ਵਿੱਚੋਂ ਅੱਜ ਦੇ ਦਿਹਾੜੇ ਤੇ ਖਾਸ ਕਰਕੇ ਕੁਝ ਸਮਝਣ ਵਾਲੀ ਗੱਲ ਹੈ ਕਿ ਅੱਜ ਅਸੀਂ ਜ਼ਿੰਦਗੀ ਜੀਵਨ ਵਿੱਚ ਬੀਤਿਆ ਉਹ ਵੀਕ ਜਿਹਦੇ ਵਿੱਚ ਖੂਨ ਕੇ ਸੋਏ ਲੇਗਾ ਵੀ ਇਹ ਨਾਨਕ ਦਾ ਇਤਿਹਾਸ ਹੈ ਜਿਹਨੂੰ ਅਸੀਂ ਘੱਲੂਘਾਰਾ ਵੀਕ ਆਖਦੇ ਹਾਂ ਜਿੱਥੇ ਨਿਰੇ ਤਲਵਾਰਾਂ ਦੇ ਨਾਲ ਤਲਵਾਰਾਂ ਨਾਲ ਮੁਕਾਬਲਾ ਕਰਨ ਵਾਲੇ ਹੀ ਨਹੀਂ ਬੰਦੂਕਾਂ ਰਾਈਫਲਾਂ ਉਠਾ ਕੇ ਤੋਪਾਂ ਤੇ ਟੈਂਕਾਂ ਦਾ ਮੁਕਾਬਲਾ ਕਰਨ ਵਾਲੇ ਹੀ ਨਹੀਂ ਕੁਛ ਨਿਰਦੋਸ਼ ਗੁਰੂ ਘਰ ਦੇ ਅੰਦਰ ਕੇਵਲ ਤੇ ਕੇਵਲ ਆਏ ਹੋਏ ਦਰਸ਼ਨਾਂ ਲਈ ਉਹ ਵੀ ਬੱਚੇ ਸ਼ਹੀਦ ਹੋਏ ਬਿਰਧ ਸ਼ਹੀਦ ਹੋਏ ਪਰਿਵਾਰ ਸ਼ਹੀਦ ਹੋਏ ਜਿਨ੍ਹਾਂ ਦਾ ਉਹਨਾਂ ਦਿਨਾਂ ਦੀ ਸਿਆਸਤ ਜਾਂ ਉਹਨਾਂ ਦਿਨਾਂ ਦੇ ਹਾਲਾਤਾਂ ਨਾਲ ਕੋਈ ਦੂਰ ਦਾ ਵੀ ਸੰਬੰਧ ਨਹੀਂ ਸੀ ਉਹ ਵੀ ਸ਼ਹੀਦ ਕੀਤੇ ਗਏ ਤਾਂ ਉਸ ਦਰਦ ਭਰੇ ਇਤਿਹਾਸ ਦਰਦ ਭਰੀ ਕਹਾਣੀ ਦਾ ਅੱਜ ਦੇ ਨੇ ਘੱਲੂਘਾਰਾ ਦਿਨ ਆਪਾਂ ਬਣਾ ਰਹੇ ਹਾਂ ਭਾਵੇਂ ਕਿਉਂਕਿ ਦਿਨ ਚੱਲ ਰਹੇ ਨੇ ਹੁਣ ਗੁਰੂ ਦਾ ਇਹ ਬਚਨ ਅੱਜ ਵਾਲਾ ਸ਼ਬਦ ਸਾਨੂੰ ਕੁਝ ਉਸ ਹਾਲਾਤ ਵਿੱਚ ਦਿੰਦਾ ਪਰ ਸਾਡੇ ਕੋਲ ਕੁਝ ਮੰਗਦਾ ਵੀ ਹੈ ਮੰਗਦਾ ਵੀ ਹੈ ਮੈਂ ਉਹ ਦੋਨੋਂ ਚੀਜ਼ਾਂ ਤੁਹਾਡੇ ਸਾਹਮਣੇ ਇਹਨਾਂ ਪੰਜ ਲਾਈਨਾਂ ਵਿੱਚ ਕਲੀਅਰ ਕਰਨਾ ਚਾਹੁੰਦਾ ਕਹਿੰਦੇ ਨੇ ਅਸੀਂ ਸਮਝਦੇ ਹਾਂ ਧਰਮ ਤੇ ਅਧਰਮ ਦਾ ਟਕਰਾਓ ਸੀ ਤੇ ਸਾਨੂੰ ਮਨਾਉਣ ਦੀ ਕੀ ਲੋੜ ਹਰ ਗੁਰਦੁਆਰੇ ਵਿੱਚ ਕਿਉਂ ਮਨਾਇਆ ਜਾਏ ਹਰ ਧਰਮੀ ਅਖਵਾਉਣ ਵਾਲਾ ਕਿਉਂ ਮਨਾਉਂਦੇ ਸਿਆਸੀ ਲੋਕ ਜੇ ਜਿਹੜੀ ਸਿਆਸਤ ਹੁੰਦੀ ਤਾਂ ਕੇਵਲ ਸਿਆਸੀ ਲੋਕ ਮਨਾਉਂਦੇ ਬਾਕੀ ਹੋਰ ਉਲਟ ਰਿਹਾ
ਅੱਜ ਸਿਆਸੀ ਲੋਕ ਜਿਹੜੇ ਨੇ ਉਹ ਨਹੀਂ ਮਨਾਉਣਾ ਚਾਹੁੰਦੇ, ਉਹ ਤੇ ਉਹਨਾਂ ਲੋਕਾਂ ਨੂੰ ਗ੍ਰਿਫਤਾਰ ਕਰ ਲੈਣੇ, ਅਰੈਸਟ ਕਰ ਲੈਣੇ, ਮਨਾਉਣ ਨਾ ਆਇਓ, ਸਾਡੀ ਸਿਆਸਤ 'ਤੇ ਕੋਈ ਪ੍ਰਭਾਵ ਨਾ ਪਵੇ। ਇਸ ਲਈ ਸਮਝ ਲਿਓ ਇਹ ਦਿਨ ਸਿਆਸਤ ਨਹੀਂ, ਇੱਕ ਧਰਮ ਤੇ ਅਧਰਮ ਦਾ ਮੁਕਾਬਲਾ ਹੈ। ਇਹ ਗੱਲ ਵੱਖਰੀ ਕਿ ਅਸੀਂ ਅਧਰਮ ਨੂੰ ਕਿਸ ਨਜ਼ਰੀਏ ਨਾਲ ਫੈਸਲਾ ਕਰਨੇ ਆ, ਮੰਨਣੇ ਆ, ਤੇ ਧਰਮ ਨੂੰ ਕਿਸ ਨਜ਼ਰੀਏ ਨਾਲ ਪਰਖਣੇ ਆ, ਇਹ ਬੜੀ ਵਿਚਾਰ ਦੀ ਹੈ ਮਸਲੇ। ਹੁਣ ਗੁਰੂ ਇੱਕ ਖਿਆਲ ਦਿੰਦੇ ਨੇ, ਕਹਿੰਦੇ ਨੇ ਭਗਤ ਜਨ ਜਿਹੜੇ ਨੇ ਰੱਬ ਨਾਲ ਜੁੜੇ ਹੋਏ ਧਰਮੀ ਮਨੁੱਖ ਜਿਹੜੇ ਨੇ, ਉਹਨਾਂ ਦੇ ਮਨ ਦਾ ਇੱਕ ਵਿਸ਼ਵਾਸ ਹੈ। ਤੇ ਉਹ ਵਿਸ਼ਵਾਸ ਕੀ ਹੈ? ਦੁਨੀਆਂ ਦੇ ਸਾਹਮਣੇ ਕੋਈ ਝੂਠ ਬੋਲ ਲੈ, ਆਪਣੇ ਆਪ ਨੂੰ ਨਿਰਦੋਸ਼ ਸਾਬਤ ਕਰ ਲੈ, ਸ਼ੁਕਰ ਹੋਇਆ ਨਹੀਂ। ਅਸੀਂ ਕਦੇ ਉਸ ਸਾਰੇ ਬੀਤੇ ਨੂੰ ਇੱਕ ਫਿਲਮ ਵਾਂਗੂ ਸਾਹਮਣੇ ਦੇਖੀਏ, ਵਾਈਟ ਪੇਪਰ ਛਪੇ ਉਹਦੇ ਵਿੱਚ ਸੱਚ ਨੂੰ ਝੂਠ ਤੇ ਝੂਠ ਨੂੰ ਸੱਚ ਕਰਕੇ ਦਿਖਾਇਆ ਗਿਆ, ਫਿਲਮਾਂ ਬਣੀਆਂ, ਮੂਵੀਆਂ ਬਣੀਆਂ, ਦੁਨੀਆਂ ਦੇ ਲੋਕਾਂ ਨੂੰ, ਸੰਸਾਰ ਦੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਬਹੁਤ ਕੁਝ ਸੱਚ ਝੂਠ ਤੇ ਝੂਠ ਸੱਚ ਬਣਾ ਪੜਦੇ ਤੇ ਦਿਖਾਇਆ ਗਿਆ। ਪਰ ਸ਼ਬਦ ਦੀ ਇਹ ਲਾਈਨ ਇੱਕ ਗੱਲ ਸਮਝਾਉਂਦੀ ਹੈ, ਕਹਿੰਦੇ ਨੇ ਭਗਤ ਜਨ ਉਹਨਾਂ ਨੂੰ ਇੱਕ ਵਿਸ਼ਵਾਸ ਹੁੰਦਾ ਕਿ ਦੁਨੀਆਂ ਦੇ ਲੋਕਾਂ ਨੂੰ ਤਾਂ ਮੁਗਾਲਤੇ ਵਿੱਚ ਪਾਇਆ ਜਾ ਸਕਦਾ ਹੈ, ਰੱਬ ਨੂੰ ਨਹੀਂ। ਜਦੋਂ ਕੋਈ ਅਧਰਮੀ, ਜਦੋਂ ਕੋਈ ਗੁਨਾਹਗਾਰ ਪਾਪ ਕਰਦਾ ਹੈ ਨਾ, ਮਤ ਸਮਝੇ ਕਿ ਮੈਂ ਆਪਣਾ ਕਿਸੇ ਵਾਈਟ ਪੇਪਰ ਨਾਲ, ਕਿਸੇ ਮੂਵੀ ਨਾਲ ਆਪਣਾ ਗੁਨਾਹ ਤੇ ਆਪਣਾ ਪਾਪ ਛੁਪਾ ਲਵਾਂਗਾ, ਦੁਨੀਆਂ ਕੋਲੋਂ ਛੁਪ ਸਕਦਾ, ਪਰ ਪ੍ਰਭੂ ਤੋਂ ਸਭ ਕੁਛ ਜਾਣਦਾ। ਖਿਆਲ ਦੇ ਰਹੇ ਕਹਿੰਦੇ ਨੇ ਛੁਪਾ ਸਕਣਾ, ਪਰ ਮੇਰਾ ਮਾਲਕ ਤੈਨੂੰ ਦੇਖ ਰਿਹਾ, ਹਰ ਸਭ ਕੁਛ ਜਾਣਦਾ। ਹੁਣ ਅਗਲੇ ਪਾਸੇ ਅਸੀਂ ਸਿਰਫ ਇਹਨਾਂ ਹੀ ਤੇ ਪੰਜ ਲੈਣਾ ਵਿੱਚੋਂ ਕੁਛ ਲੱਭਣਾ। ਅਗਲੇ ਪਾਸੇ ਇੱਕ ਲਫ਼ਜ਼ ਕਹਿ ਦਿੱਤੇ, ਕਿਲ ਕਿ ਹਰ ਜੇਵਨ ਨਾਹੀਂ ਕੋਈ ਜਨ ਜਾਨ, ਕਿਲ ਲੱਗੇ ਇੱਕ ਭਰਿਆ ਹਰੀ ਵਰਗਾ ਰੱਬ ਵਰਗਾ ਜਾਣੀ ਜਾਣ ਕਿਸੇ ਹੋਰ ਨੂੰ ਨਾ ਸਮਝ, ਉਹ ਹੀ ਸਭ ਕੁਛ ਜਾਣਦਾ, ਉਹ ਸਭ ਕੁਛ ਜਾਣਦਾ। ਉਹਦੀ ਅਦਾਲਤ ਵਿੱਚ ਕੋਈ ਫਾਇਲ ਕਿਸੇ ਵਕੀਲ ਨੂੰ ਪੇਸ਼ ਕਰਨ ਦੀ ਲੋੜ ਨਹੀਂ, ਅਦਾਲਤ ਵਿੱਚ ਕਿਸੇ ਗਵਾਹੀ ਦੇਣ ਵਾਲੇ ਗਵਾਹ ਨੂੰ ਪੇਸ਼ ਕਰਨ ਦੀ ਲੋੜ ਨਹੀਂ, ਉਹ ਤੇ ਸਭ ਕੁਝ ਅੱਖੀਂ ਦੇਖਦਾ, ਸਭ ਸੁਣਦਾ, ਸਭ ਦੇਖਦਾ। ਕਹਿਣ ਲੱਗੀ ਉਹ ਤੇ ਜਾਣਦਾ, ਜਿਸ ਜੇਵੜ ਹਰ ਜੇਵੜ ਨਾ ਹੀ ਕੋਈ ਜਾਣ, ਇੱਥੇ ਲੋਕ ਜਾਣ ਨਹੀਂ, ਜਾਣ ਹੈ ਜਾਣਦਾ, ਜਾਣਨ ਵਾਲਾ ਰੱਬ ਵਰਗਾ ਹੋਰ ਕੋਈ ਨਹੀਂ। ਦੁਨੀਆਂ ਦੇ ਲੋਕ ਤਾਂ ਕਿਸੇ ਫਾਈਲਾਂ ਨੂੰ ਪੜ੍ਹ ਕੇ ਅਦਾਲਤਾਂ ਦੇ ਬੈਠੇ ਹੋਏ, ਜੱਜ ਤਾਂ ਕਿਸੇ ਫਾਈਲਾਂ ਨੂੰ ਪੜ੍ਹ ਕੇ, ਕਿਸੇ ਗਵਾਹੀਆਂ ਨੂੰ ਸੁਣ ਕੇ ਹੀ ਕੁਛ ਜਾਣਨਗੇ, ਰੱਬ ਤਾਂ ਸਭ ਕੁਛ ਦੇਖ ਰਿਹਾ, ਪ੍ਰਭੂ ਤਾਂ ਹਰੀ ਤਾਂ ਸਭ ਕੁਛ ਦੇਖ ਰਿਹਾ।
ਤੇ ਅਗਲੇ ਪਾਸੇ ਇੱਕ ਲਫ਼ਜ਼ ਵੀ ਕਹਿ ਦਿੱਤੇ ਜਾਣ, ਫਿਰ ਕਹਿੰਦੇ ਨੇ ਹਰ ਧਰਮ ਵਿਚਾਰਦਾ ਰੱਬ ਜਿਹੜਾ ਉਹ ਧਰਮ ਦੀ ਵਿਚਾਰ ਕਰਦਾ ਹੈ, ਅਧਰਮ ਦੀ ਨਹੀਂ, ਅਨਿਆਏ ਦੀ ਨਹੀਂ, ਬੇਇਨਸਾਫੀ ਦੀ ਨਹੀਂ। ਉੱਥੇ ਫਾਈਲਾਂ ਬਦਲੀਆਂ ਨਹੀਂ ਜਾਂਦੀਆਂ, ਉੱਥੇ ਗਵਾਹ ਮੁਕਰਾਏ ਨਹੀਂ ਜਾਂਦੇ। ਮੈਂ ਛੋਟੇ ਛੋਟੇ ਲਫ਼ਜ਼ਾਂ ਵਿੱਚ ਸਾਰੀ ਕਹਾਣੀ ਨਾਲ ਨਾਲ ਚਿਤਾਉਣਾ ਚਾਹੁੰਦਾ ਸੀ। ਦੇਖਦੇ ਹਾਂ ਅੱਜ 32 ਸਾਲ ਗੁਜ਼ਰ ਗਏ ਨੇ, ਜਿਨ੍ਹਾਂ ਨੇ ਤਨ ਤੇ ਹੰਢਾਏ ਉਹ ਜ਼ੁਲਮ, ਉਹ ਬਾਜ਼ਾਰਾਂ ਵਿੱਚ ਅਦਾਲਤਾਂ ਵਿੱਚ ਅਜੇ ਵੀ ਕੂਕ ਰਹੇ ਨੇ, ਕੋਈ ਅਦਾਲਤ ਉਹਨਾਂ ਨੂੰ ਇਨਸਾਫ ਨਹੀਂ ਦੇ ਰਹੀ। ਕਿਉਂ ਨਹੀਂ ਦੇ ਰਹੀ? ਕਿਉਂਕਿ ਗਵਾਹ ਮੁਕਰਾ ਦਿੱਤੇ ਜਾਂਦੇ ਨੇ, ਫਾਈਲਾਂ ਬਦਲ ਦਿੱਤੀਆਂ ਜਾਂਦੀਆਂ ਨੇ। ਪਰ ਕਹਿਣ ਲੱਗੇ ਮੇਰਾ ਰੱਬ ਜਿਹੜਾ, ਪ੍ਰਭੂ ਜਿਹੜਾ, ਉਹਦੀ ਅਦਾਲਤ, ਉਹਦਾ ਦਰਬਾਰ, ਜੋ ਕੁਝ ਅੱਖੀ ਦੇਖਦਾ ਉਹ ਕਿਸੇ ਗਵਾਹ ਤੇ ਨਿਰਭਰ ਨਹੀਂ, ਉਹਦਾ ਧਰਮ ਤੇ ਨਿਰਭਰ ਹੈ। ਉਹ ਆਪਣੇ ਧਰਮ ਦਾ ਇਨਸਾਫ ਕਰਦਾ, ਉਹ ਬੇਇਨਸਾਫੀ ਨਹੀਂ ਕਰਦਾ। ਉਹਦੀ ਅਦਾਲਤ ਵਿੱਚ ਕਿਸੇ ਗਵਾਹ ਨੂੰ, ਕਿਸੇ ਫਾਈਲ ਨੂੰ ਬਦਲਿਆ ਨਹੀਂ ਜਾ ਸਕਦਾ। ਹਰ ਧਰਮ ਵਿਚਾਰਦਾ। ਹੁਣ ਇੱਥੇ ਜਰਾ ਰੁਕਿਓ, ਅਗਲੀ ਲਾਈਨ ਤੇ। ਇੱਥੇ ਧਰਮ ਵਿਚਾਰਦਾ ਆਖਿਆ ਮੇਰਾ। ਜੇ ਕਿਸੇ ਨੂੰ ਇਹ ਪ੍ਰਤੀਤ ਹੋਵੇ, ਜਿਵੇਂ ਪਹਿਲੇ ਲਫ਼ਜ਼ ਨੇ ਹਰ ਕੀ ਭਗਤਾਂ ਪ੍ਰਤੀਤ, ਇਹ ਲੱਗੇ ਜੇ ਕਿਸੇ ਨੂੰ ਪ੍ਰਤੀਤ ਹੋਵੇ, ਵਿਸ਼ਵਾਸ ਹੋਵੇ ਕਿ ਮੇਰਾ ਰੱਬ ਸਭ ਕੁਛ ਜਾਣ ਰਿਹਾ, ਦੇਖ ਰਿਹਾ, ਉਹ ਬੇਇਨਸਾਫ ਵੀ ਨਹੀਂ, ਉਹ ਧਰਮ ਵਿਚਾਰਦਾ ਹੈ, ਉੱਥੋਂ ਬੇਇਨਸਾਫੀ ਨਹੀਂ, ਇਨਸਾਫ ਜ਼ਰੂਰ ਕਰਦਾ, ਤਾਂ ਭਲਾ ਐਸਾ ਮਨੁੱਖ ਜਿਹੜਾ ਉਹ ਵੀ ਡਰੇਗਾ? ਲਓ ਇੱਧਰ, ਉਹ ਵੀ ਡਰੇਗਾ ਜਦੋਂ ਨੂੰ ਪਤਾ ਹੋਵੇ ਜਿੱਦੀ ਅਦਾਲਤ ਵਿੱਚ ਮੈਂ ਪੇਸ਼ ਹਾਂ ਉੱਥੇ ਇਨਸਾਫ ਹੀ ਹੋਣਾ, ਬੇਇਨਸਾਫੀ ਨਹੀਂ ਹੋਣੀ। ਉਹਨੂੰ ਪਤਾ ਹੋਵੇ ਜੱਜ ਖਰੀਦਿਆ ਨਹੀਂ ਜਾ ਸਕਦਾ, ਇਸ ਅਦਾਲਤ ਵਿੱਚ ਕੋਈ ਫਾਈਲ ਬਦਲੀ ਨਹੀਂ ਜਾ ਸਕਦੀ, ਇੱਥੇ ਦਾ ਕੋਈ ਗਵਾਹ ਮੁਕਰਾਇਆ ਨਹੀਂ ਜਾ ਸਕਦਾ। ਜੇ ਭਲਾ ਕਿਸੇ ਨੂੰ ਇਹ ਪਤਾ ਤੇ ਵਿਸ਼ਵਾਸ ਹੋਵੇ, ਪ੍ਰਤੀਤ ਹੋਵੇ ਰੱਬ ਤੇ, ਫਿਰ ਉਹ ਡਰੇਗਾ, ਉਹਦਾ ਡਰ ਖਤਮ ਹੋ ਜਾਏਗਾ। ਹੁਣ ਇੱਥੇ ਇੱਕ ਲਫ਼ਜ਼ ਬਣਦੇ ਨੇ, ਕਹਿੰਦੇ ਨੇ ਕਾੜਾ ਅੰਦੇਸ਼ਾ ਕਿਆ ਕੀਜੈ, ਕਿਉਂ ਕੀਜੈ? ਕਾੜਾ ਅੰਦੇਸ਼ਾ ਮਤਲਬ ਫਿਕਰ ਤੇ ਚਿੰਤਾ, ਅੰਦੇਸ਼ਾ ਫਿਕਰ, ਕਿਉਂ ਕੀਜੈ? ਕਿਉਂ ਕਰ ਰਹੇ ਹੈ ਫਿਕਰ ਤੇ ਚਿੰਤਾ? ਤੈਨੂੰ ਪਤਾ ਹੋਵੇ ਹਰ ਜੇ ਨਾ ਹੀ ਅਧਰਮ ਮਾਰਦਾ, ਉੱਥੇ ਧਰਮ ਨਹੀਂ ਅਧਰਮ ਲਫ਼ਜ਼ ਵਰਤਿਆ, ਕਿਉਂ ਕਾੜਾ ਕਰਨਾ, ਕਿਉਂ ਅੰਦੇਸ਼ਾ ਕਰਨਾ, ਕਿਉਂ ਫਿਕਰ ਕਰਨਾ, ਕਿਉਂ ਚਿੰਤਾ ਕਰਨਾ? ਮੇਰਾ ਮਾਲਕ ਧਰਮ ਵਿਚਾਰਦਾ ਹੈ, ਉਹਦੀ ਅਦਾਲਤ ਵਿੱਚ ਕੁਛ ਬਦਲਿਆ ਨਹੀਂ ਜਾ ਸਕਦਾ, ਉੱਥੇ ਸੱਚ ਨਿਆਂ ਹੈ। ਇਸ ਲਈ ਫਿਕਰ ਛੱਡ ਦੇ, ਤੈਨੂੰ ਪਤਾ ਹੋਵੇ ਜਾਂ ਨਾ ਹੀ ਅਧਰਮ ਮਾਰਦਾ, ਕਿਸੇ ਥਾਂ ਤੇ ਵੀ ਆਖਰ ਅਧਰਮ ਧਰਮ ਦੀ ਮੌਤ ਨਹੀਂ ਕਰ ਸਕਦਾ। ਲੋ ਇੱਥੇ ਰੁਕਣਾ, ਅਧਰਮ ਨਹੀਂ ਮਾਰ ਸਕਦਾ ਜੇ ਤੇਰੇ ਕੋਲ ਧਰਮ ਹੈ। ਇੱਕ ਸਪੈਸ਼ਲ ਗੱਲ ਸਮਝਣ ਵਾਲੀ, ਜੇ ਤੇਰੇ ਕੋਲ ਧਰਮ ਹੈ ਮੇਰੇ ਰੱਬ ਦਾ, ਜਿਹੜਾ ਹਰ ਧਰਮ ਵੀ ਚਾਹਦਾ ਹੈ, ਜੇ ਤੂੰ ਧਰਮ ਤੇ ਵਿਸ਼ਵਾਸ ਕਰਨਾ, ਜੇ ਤੇਰੇ ਕੋਲ ਧਰਮ ਹੈ ਤਾਂ ਫਿਰ ਤੈਨੂੰ ਵਿਸ਼ਵਾਸ ਹੋਵੇ ਅਧਰਮ ਨਹੀਂ ਮਾਰ ਸਕਦਾ। ਆਪਣੇ ਵੱਲ ਨਿਗਾਹ ਮਾਰਨੀ ਪੈਗੀ, ਅੰਦਰ ਝਾਤ ਮਾਰ ਕੇ ਸਾਨੂੰ ਸੱਚਾਈ ਲੱਭਣੀ ਪੈਗੀ। ਅਧਰਮ ਨਹੀਂ ਮਾਰ ਸਕਦਾ। ਸੰਸਾਰ ਅੰਦਰ ਬੜੇ ਅਧਰਮੀ ਰਾਜੇ ਪੈਦਾ ਹੋਏ, ਬਾਦਸ਼ਾਹ ਪੈਦਾ ਹੋਏ, ਜ਼ਾਲਮ ਪੈਦਾ ਹੋਏ। ਗੁਰੂ ਨੇ ਵੀ ਆਖ ਦਿੱਤਾ, ਰਾਜੇਸ਼ੀ ਮੁਕੱਦਮ ਕੁੱਤੇ ਜਾਏ ਜਗਾਇਣ ਬੈਠੇ ਸੁੱਤੇ। ਰਾਜੇ ਉਹਦੇ ਪੈਦਾ ਹੋਏ ਜਿਹੜੇ ਮਨੁੱਖਤਾ ਦੇ ਖੂਨ ਦੇ ਪਿਆਸੇ ਬਣੇ। ਬਾਬਰ ਵਰਗਿਆਂ ਦੀ ਬਾਬਰ ਬਾਣੀ ਗੁਰੂ ਨਾਨਕ ਨੇ ਲਿਖੀ,
संसार ने पढ़ी ते आज तक 550 वर्ष विच उस आवाज नु कोई बदल नहीं सकया। दुनिया दे राजे भी नहीं बदल सके, जालिम भी पैदा होए वो भी नहीं बदल सके, बाबे नु बोलदा नहीं बदल सकदी, क्योंकि सच है। कह लगे भलिया जे तेरे मन अंदर अजे भी कोई चिंता है, डर है, जे टकराव है तो तेनू पता हो, तेनू धर्म ते अधर्म की पछाण ही कोई नहीं। लो रुकना चाहिए जे तेनू धर्म की पछाण हो तू धर्म अपनावे, जे तेनू अधर्म की पछाण हो तू निडर हो जाए, तू आखे अधर्म तो मैं मार ही नहीं सकता। सोच धर्म का नजरिया तेन पछाण की लोड़ है। अज उस टिकाने ते जिथे धर्म की गल करन लई इकट्ठे होने वाले भी आना चाहते ने, उत्थे ही उस टिकाने ते अधर्मी लोग अज भी बैठे ने, ते जिहड़े आखदे ने धर्म की गल नहीं हो सकती। जे तुहानू अपने आप नूं डर है भी उत्थे इकट्ठे ना हो जाण, तुसीं देख लो जो कुछ एक दो दिन च वापरे अनेकां दी तादाद विच। सिख राज होंदिया होया सिख नौजवानां नूं और फड़िया भी उन्हां नूं गया है, गिरफ्तार अरेस्ट भी उन्हां नूं कीता गया है। क्योंकि मैं कई बार अर्ज करदा मेरा ते तुसीं परिवार हो, मेरे को जो कुछ देखा मैं परिवार नाल साझी करदा। और कि अजीब गल है जिन्ना का दिन मना रहे हो, जिन्हों तुम कलू घर दिन कहते हो, उस दिहाड़े जेड़े शहीद हुए ने जो उन्होंने शहीदों का दिन मना आए हो, तो जिन्होंने अरैसट कर रहे हो वह भी तो दिन ही मना आना चाहते हैं, तो वह लोग ने तुम उन्होंने नहीं शहीद वे खड़े हुए, वो नाल खड़े हुए ने चेहरे, उन्होंने इतिहास उन्होंने हिस्ट्री पढ़ लो। अज तक हम जाके करीब 25 साल बाद दल खालसा के नाम नालों अतवादी लफज उतारिया गया। अजे तक दल खालसा के कुछ वीर पाकिस्तान बैठे हुए ने जिन्हों की सारी जिंदगी जेल में गुजर गई, सारा जीवन ही कर बर्बाद कर रहे हैं। दल खालसा का मोहन सिंह इतने इंग्लैंड बैठा है, रविंदर सिंह पाकिस्तान बैठा है, जिन्हों का पूरा जीवन ही बर्बाद हो गया है। अज तुसी उन्होंने अरैसट कर दे कि इस थान से वो दिन मना ना आन, तो सोचना पड़ेगा धर्म की है अधर्म की है। तुसी अधर्म मना आ रहे हो कि धर्म मना आ रहे हो, साडा नजरिया बदल गया है। गुरु ने सच आख दिता है और केड़ा स्पष्ट सच आख्या है, कहते ने भलिया ये जी आए दिन नवी चिंता नवे फिक्र नवे टकराओ नवे भरा मारू जंग जेड़े साढ़े इन्हों दिनों भी पिछे नहीं हट रहे। मैंने तो आने वाले दो दिन का भी तोखला है कि भला सुखी सर्दी लग जाए दो दिन। जे कुछ पैदा हो रहा है तो जे धर्म तो अधर्म का ही टकराव होंगे तो फिर तुहानू आपस में बैठ के पछाण एक दूजे अंदर चात मार के पछाणना पाएगा तुहाडे विचों धर्मी किहड़ा है ते अधर्मी किहड़ा है। नजरिए बदल गए ने, असी सच नूं पछाण नहीं रहे। ते गुरु ने आवाज दिती है कहिंदे ने हर की भगत प्रतीत, जिहड़े धर्मी लोग ने उन्हां नूं रब ते ये विश्वास है, ये प्रतीत है कि हर सब कुछ जानता। तुसीं धर्मी ते अधर्मी का आपसी नकाब बदल के पहन सकते हो, रूप बना सकते हो, बिगाड़ सकते हो, रब की दरगाह विच गुरु साहिब ने बाणी अंदर हर गल का फैसला दिता है। मैं देखता की जे तू भेख बदले तो
बाहर पेख ना कहूं भी तेरे बाहर दे पेख नू बनाए हुए रूप नू रब वेख के नहीं पिछदा रहत अवर कछ अवर कमावत मन नहीं प्रीत मुखों गंड लावत जानन हार प्रभु प्रवीण वो सब कुछ जानता है बाहर पेख ना कहूं भीन ओ तेरे बाहरले पेख नू भावे तू नीले पीले जिन्ने मर्जी कपड़े बदल बदल के आ जा ते तू आखे भी मैनू रब पसंद कर लेगा मैनू गुरु पसंद कर लेगा नहीं ओ ता धर्म नू देखेगा धर्म दी तू अपनी पहचान बदल रहा है और उनका नतीजा ये निकलेगा कदी लोग धर्म तो नास्तिक ना हो जान ते आखण भी है यही धर्म है ਸਾਡੇ ਹਾਲਾਤ ਨੇ ਬੱਚੇ ਸਿੱਖੀ ਤੋਂ ਨਾਸਤਕ ਹੋ ਰਹੇ ਨੇ ਉਹ ਕਹਿੰਦੇ ਨੇ ਇਹੋ ਹੀ ਜਿਹੜੇ ਆਪਣੇ ਸ਼ਹੀਦਾਂ ਦਾ ਦਿਨ ਮਨਾਉਣ ਲਈ ਵੀ ਇੱਕ ਦੂਜੇ ਤੇ ਤਲਵਾਰਾਂ ਕੱਸੀ ਬੈਠੇ ਨੇ ਇੱਕ ਦੂਜੇ ਨੂੰ ਦੇਖਣਾ ਨਹੀਂ ਚਾਹੁੰਦੇ ਜਿਹੜੇ ਅਕਾਲ ਤਖ਼ਤ ਅਕਾਲ ਤਖ਼ਤ ਦਾ ਨਾਮ ਲੈ ਕੇ ਇੱਕ ਪਾਸੇ ਉਹਨੂੰ ਵਰਤਦੇ ਹੋਣ ਔਰ ਉਸੇ ਅਕਾਲ ਤਖ਼ਤ ਤੇ ਇਕੱਠੇ ਬੈਠ ਕੇ ਸ਼ਹੀਦਾਂ ਦਾ ਦਿਨ ਵੀ ਨਾ ਮਨਾ ਸਕਦੇ ਹੋਣ ਭਲਾ ਉਹਨਾਂ ਨੂੰ ਧਰਮੀ ਕੌਣ ਆਖੇਗਾ ਤੇ ਅਧਰਮੀ ਕੌਣ ਆਖੇਗਾ ਅੱਜ ਧਰਮ ਤੇ ਅਧਰਮ ਦੀ ਕੋਈ ਪਛਾਣ ਨਹੀਂ ਰਹੀ ਤੇ ਵਿਸ਼ਵਾਸ ਕਰਿਓ ਜਿਸ ਦਿਨ ਪਛਾਣ ਨਾ ਰਹੇ ਉਸ ਦਿਨ ਹੀ ਮਨੁੱਖ ਧੋਖਾ ਖਾਂਦਾ ਹੈ ਅੱਜ ਅਸੀਂ ਧਰਮ ਨਾਮ ਥੱਲੇ ਧੋਖਾ ਖਾ ਗਏ ਸਾਡੇ ਨਾਲ ਜਿਹੜਾ ਧੋਖਾ ਹੋ ਰਿਹਾ ਉਹ ਅਧਰਮ ਨਾਮ ਪਿੱਛੇ ਨੇ ਸਾਨੂੰ ਪਤਾ ਲੱਗ ਜਾਏ ਕਿ ਇਹ ਅਧਰਮ ਹੈ ਕਦੀ ਅਸੀਂ ਕਬੂਲ ਨਾ ਕਰੀਏ ਪਰ ਉਹ ਆਪਣੇ ਬਦਲੇ ਹੋਏ ਨਕਾਬ ਵਿੱਚ ਸਾਡੇ ਸਾਹਮਣੇ ਕੇਵਲ ਭੇਖ ਬਣਾ ਕੇ ਮਾਲਕ ਬਣ ਗਿਆ ਹੈ ਹੁਣ ਨਤੀਜਾ ਇਹ ਹੈ ਕਿ ਧਰਮ ਅਤੇ ਅਧਰਮ ਦੀ ਬੇਪਛਾਣਗੀ ਕਾਰਨ ਅਸੀਂ ਧੋਖਾ ਖਾ ਰਹੇ ਹਾਂ ਅਤੇ ਉਸ ਧੋਖੇ ਵਿੱਚੋਂ ਨਾਸਤਿਕਤਾ ਨਿਕਲ ਰਹੀ ਹੈ ਉਸ ਧੋਖੇ ਵਿੱਚੋਂ ਆਉਣ ਵਾਲੀ ਜਨਰੇਸ਼ਨ ਗੁਰੂ ਨਾਲੋਂ ਸਿੱਖੀ ਨਾਲੋਂ ਟੁੱਟ ਰਹੀ ਹੈ ਅਤੇ ਗੁਰੂ ਨੇ ਇਹੋ ਗੱਲ ਬਾਣੀ ਵਿੱਚ ਆਖੀ ਕਹਿਣ ਲੱਗੇ ਜੇ ਤਾਂ ਤੈਨੂੰ ਆਪਣੇ ਧਰਮ 'ਤੇ ਆਪਣੇ ਰੱਬ 'ਤੇ ਆਪਣੇ ਗੁਰੂ 'ਤੇ ਵਿਸ਼ਵਾਸ ਹੈ ਤਾਂ ਫਿਰ ਨਿਸ਼ਚਿੰਤ ਹੋ ਜਾ ਆਪਣਾ ਧਰਮ ਪਛਾਣ ਲੈ ਫਿਰ ਵਿਸ਼ਵਾਸ ਕਰ ਅਧਰਮ ਤੈਨੂੰ ਨਹੀਂ ਮਾਰ ਸਕਦੇਗਾ ਜਿਸ ਦਿਨ ਤੂੰ ਧਰਮੀ ਹੋ ਗਿਓ ਉਸ ਦਿਨ ਅਧਰਮ ਤੇਰੀ ਮੌਤ ਨਹੀਂ ਕਰ ਸਕੇਗਾ ਫੈਸਲਾ ਗੁਰਬਾਣੀ ਦਾ ਕਹਿੰਦੇ ਨੇ ਸਾਸੀ
ਅਸੀਂ ਅਨੇਕਾਂ ਵਾਰ ਦੇਖਦੇ ਹਾਂ ਮਰਨ ਵਾਲਾ ਅਤੇ ਮਾਰਨ ਵਾਲਾ ਦੋਨੋਂ ਹੀ ਧਰਮੀ ਦਿਸਦੇ ਨੇ। ਦੁਕਾਨ 'ਤੇ ਮਰਨ ਵਾਲਾ ਭਲਾ ਉਹ ਸਮਾਂ ਜਿਹੜਾ 32 ਸਾਲ ਪਹਿਲੇ ਸੀ ਉਹਨੂੰ ਤਾਂ ਤੁਸੀਂ ਆਖ ਸਕਦੇ ਹੋ ਕਿ ਕਿਸੇ ਧਰਮੀ 'ਤੇ ਅਧਰਮ, ਧਰਮ 'ਤੇ ਅਧਰਮ ਦਾ ਕੋਈ ਹਮਲਾ ਹੋਇਆ ਹੈ, ਪਰ ਅੱਜ ਵੀ ਤਾਂ ਚੱਲ ਰਹੇ ਨੇ। ਦੇਖਣਾ ਤਾਂ ਇਹ ਹੈ। ਮੈਂ ਬਲਕਿ ਇੱਕ ਵਾਰ ਕੀਤੀ ਸੀ, ਉਦੋਂ ਕੇਵਲ ਅਕਾਲ ਤਖਤ ਦੀ ਇਮਾਰਤ ਢਾਹੀ ਗਈ, ਇਮਾਰਤ ਅਕਾਲ ਤਖਤ ਨਹੀਂ ਹੋਈ। ਅੱਜ 32 ਸਾਲਾਂ ਵਿੱਚ ਅਸੀਂ ਲੋਕਾਂ ਦੇ ਹਿਰਦੇ ਵਿੱਚੋਂ ਅਕਾਲ ਤਖਤ ਢਾਹ ਦਿੱਤਾ, ਜਿਨ੍ਹਾਂ ਲੋਕਾਂ ਦੇ ਅੰਦਰ ਅਕਾਲ ਤਖਤ ਦੇ ਨਾਮ 'ਤੇ ਵਿਸ਼ਵਾਸ ਨਹੀਂ ਰਿਹਾ। ਕਿਉਂ ਨਹੀਂ ਰਿਹਾ? ਉਹ ਵਿਸ਼ਵਾਸ ਅਸੀਂ ਗੁਆਇਆ। ਅਸਲ ਹਮਲੇ ਹੁਣ ਹੋਏ, ਪਰ ਹੋਏ ਕੀ? ਧਰਮ ਦੇ ਨਾਮ ਥੱਲੇ, ਧਰਮ ਦੇ ਚਿਹਰੇ ਥੱਲੇ, ਧਰਮ ਦੇ ਨਕਾਬ ਵਿੱਚ। ਜੇ ਅਸੀਂ ਧਰਮ ਅਤੇ ਅਧਰਮ ਨੂੰ ਨਕਾਬ ਵੇਖ ਵੇਖ ਕੇ ਹੀ ਪਛਾਣਦੇ ਰਹਾਂਗੇ ਤਾਂ ਇਹੋ ਕੁਝ ਹੋਏਗਾ। ਹਰ ਸਾਲ ਹੀ ਹੋਏਗਾ, ਹਰ ਦਿਨ ਹੀ ਹੋਏਗਾ। ਜਿੰਨੀ ਦੇਰ ਅਸੀਂ ਇਸ ਗੱਲ 'ਤੇ ਵਿਸ਼ਵਾਸ ਨਹੀਂ ਕਰਦੇ, ਗੁਰੂ ਨੇ ਆਖਿਆ, ਕੂੜ ਨਿਖੁੱਟੇ ਨਾਨਕਾ ਔੜਕ ਸੱਚ ਰਹੀ। ਧਰਮ ਅਤੇ ਅਧਰਮ ਦੀ ਪਛਾਣ ਕਰ, ਇਹ ਬਾਣਾ, ਇਹ ਭੇਖ, ਇਹ ਸ਼ਕਲ, ਇਹ ਨਕਾਬ ਧਰਮ ਨਹੀਂ। ਅੰਦਰ ਬੈਠੇ ਗੁਰੂ ਦੇ ਬਖਸ਼ੇ ਹੋਏ ਜੀਵਨ ਜਾਂਚ ਰਹਿਤ ਜਿਹੜੀ ਜੀਵਨ ਨੂੰ ਗੁਰੂ ਨੇ ਦਿੱਤੀ ਹੈ, ਅਸਲ ਧਰਮ ਉਹ ਸੀ। ਅਸੀਂ ਉਸਨੂੰ ਤਾਂ ਅਪਣਾ ਨਹੀਂ ਰਹੇ। ਜਿਵੇਂ ਹੁਣ ਤੋਂ ਕਹੇ ਸੀ, ਰਹਿਤ ਅਵਰ ਕੱਛ ਅਵਰ ਕਮਾਵਤ, ਰਹਿਤ ਕੋਈ ਹੋਰ ਸੀ, ਅਸੀਂ ਕਮਾ ਕੋਈ ਹੋਰ ਰਹੇ। ਰਹਿਤ ਅਵਰ ਕੱਛ ਅਵਰ ਕਮਾਵਤ, ਉਹਦਾ ਨਤੀਜਾ ਹੈ ਅਸੀਂ ਧਰਮ ਦੇ ਨਾਮ ਥੱਲੇ ਅਧਰਮੀ ਬਣੇ ਬੈਠੇ ਹਾਂ। ਅਤੇ ਉਸ ਅਧਰਮੀ ਦੇ ਰੂਪ ਵਿੱਚ ਅਸੀਂ ਆਪਣਾ ਘਰ, ਆਪਣਾ ਸਿਧਾਂਤ ਆਪ ਹੀ ਬਰਬਾਦ ਕਰ ਰਹੇ ਹਾਂ। ਗੁਰੂ ਰਾਖਾ ਹੋਵੇ ਇਹਨਾਂ ਸ਼ਬਦਾਂ ਨਾਲ ਕਿ ਮਾਂਦਾ ਜਾਚਿਤ ਹਾਂ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।